ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ ਹੁਣ ਜਿਹੜਾ ਟਾਈਮ ਹੈਗਾ ਸਵੇਰ ਦੇ 7:45 ਹੋ ਗਏ ਨੇ ਅਤੇ ਅੱਜ ਜਿਹੜਾ ਹੈਗਾ ਤੁਸੀਂ ਆਪਣੇ ਕੋਲ ਬਰਾਈਡਲ ਮਹਿੰਦੀ ਲੱਗਣੀ ਹੈ, ਹੈ ਨਾ। ਪਰਸੋਂ ਨੂੰ ਜਿਹੜਾ ਹੈਗਾ ਬਰਾਈਡਲ ਮੇਕਅਪ ਕਰਨਾ ਆ ਅਤੇ ਅੱਜ ਮਹਿੰਦੀ ਵਾਲਾ ਵੀਰ ਵੀ ਆ ਗਿਆ, ਲਾ ਰਹੇ ਆ ਮਹਿੰਦੀ ਉੱਧਰ। ਅਤੇ ਜਿਹੜਾ ਹੈਗਾ ਉਰੇ ਮੇਰੀ ਚਾਹ ਧਰੀ ਹੋਈ ਸੀਗੀ, ਚਾਹ ਧਰੀ ਹੋਈ, ਮੈਂ ਕਿਹਾ ਚਲੋ ਠੰਡ ਦੇ ਵਿੱਚੋਂ ਆਏ ਆ, ਹੈ ਨਾ। ਅਤੇ ਮੈਂ ਕਿਹਾ ਮੈਂ ਚਾਹ ਰੱਖੀ ਹੋਈ ਸੀ ਅਤੇ ਜਿਹੜਾ ਹੈਗਾ ਮੈਂ ਗੁਰਦੁਆਰਾ ਸਾਹਿਬ ਵੀ ਜਾਣਾ ਭੋਗ 'ਤੇ, ਹੈ ਨਾ। ਅਤੇ ਅੱਜ ਅਖੰਡ ਪਾਠ ਹੋਏ ਹੋਏ ਆ ਅਤੇ ਉੱਥੇ ਵੀ ਜਾਣਾ। ਦੇਖੋ ਮੈਂ ਨਹਾ ਕੇ ਜਿਹੜਾ ਹੈਗਾ ਤਿਆਰ ਤਾਂ ਹੋ ਗਈ ਅਤੇ ਜਿੰਨਾ ਚਿਰ ਮਹਿੰਦੀ ਨਹੀਂ ਲੱਗਦੀ ਮੈਂ ਜਾ ਨਹੀਂ ਸਕਦੀ ਜੀ। ਇੱਕ ਮੇਰਾ ਗਲਾ ਜਿਹਾ ਥੋੜ੍ਹਾ ਜਿਹਾ ਖਰਾਬ ਹੋਇਆ ਪਿਆ, ਹਜੇ ਮੈਂ ਜਿਹੜਾ ਹੈਗਾ ਤਿਆਰ ਹੋਣਾ ਆ। ਮੈਂ ਦੁਪੱਟਾ ਵਗੈਰਾ ਦੇਖਦੀ ਹਾਂ, ਕੱਢਦੀ ਹਾਂ। ਅਤੇ ਪਹਿਲਾਂ ਆਪਾਂ ਜਿਹੜੀ ਹੈਗੀ ਮਹਿੰਦੀ ਲੱਗਦੀ ਹੈ, ਫਿਰ ਅੱਜ ਮੇਰੇ ਕੋਲ ਪਾਰਟੀ ਮੇਕਅਪ ਵੀ ਤਾਂ ਦਿਓ, ਫਿਰ ਮੈਂ ਜਵਾਬ ਦੇਤਾ ਉਹਨਾਂ ਨੂੰ ਐਟ ਏ ਟਾਈਮ ਜੀ ਆਏ ਤੇ, ਕਿਉਂਕਿ ਜਿਹੜਾ ਅਖੰਡ ਪਾਠ ਪ੍ਰਕਾਸ਼ ਹੋਇਆ ਹੋਇਆ ਉੱਧਰੋਂ ਮਾਸੀ ਜੀ ਕਹੀ ਹੈ, ਹੈ ਨਾ ਜੀ। ਅਤੇ ਉੱਥੇ ਵੀ ਜਾਣਾ ਜ਼ਰੂਰੀ ਹੈ, ਨਹੀਂ ਆਪਾਂ ਚਲ ਜ ਕਰ ਦਿੰਦੇ ਨਾ ਜਾਂਦੇ ਭੋਗ 'ਤੇ। ਅਤੇ ਹੁਣ ਜਿਹੜਾ ਹੈਗਾ ਭੋਗ 'ਤੇ ਵੀ ਜਾਣਾ ਜ਼ਰੂਰੀ ਹੈ ਨਾ। ਅਤੇ ਉਹ ਐਟ ਏ ਟਾਈਮ ਜੀ ਆਏ ਤੇ ਪਾਰਟੀ ਮੇਕਅਪ, ਫਿਰ ਮੈਂ ਉਹਨਾਂ ਨੂੰ ਜਵਾਬ ਦਿੱਤਾ, ਮੈਂ ਕਿਹਾ ਵੀ ਚਲੋ ਕਿਤੇ ਹੋਰ ਕਰਵਾ ਲਓ, ਵੀ ਹੁਣ ਮੈਂ ਤਾਂ ਨਹੀਂ ਕਰਿਆ ਜਾਣਾ। ਜੇ ਪਹਿਲਾਂ ਹੁੰਦੇ ਤਾਂ ਆਪਾਂ ਟਾਈਮ ਦਾ, ਹੈ ਨਾ, ਇੱਧਰੋਂ ਉੱਧਰੋਂ ਕਰ ਲੈਂਦੇ। ਹੁਣ ਨਾਲੇ ਤਾਂ ਅਤੇ ਮਹਿੰਦੀ ਲੱਗ ਰਹੀ ਹੈ, ਕੱਲ੍ਹ ਜਿਹੜਾ ਹੈਗਾ ਬਲੀਚ ਫੇਸ਼ੀਅਲ, ਹੈ ਨਾ, ਅਤੇ ਬਾਕੀ ਜਿਹੜਾ ਹੈਗਾ ਮੈਨੀਕਿਓਰ ਪੈਡੀਕਿਓਰ ਸਾਰਾ ਕੁਛ ਵੈਕਸ ਵਗੈਰਾ ਆਪਾਂ ਨੇ ਕੱਲ੍ਹ ਨਿਬੇੜਤਾ ਸੀਗਾ, ਕੱਲ੍ਹ ਸ਼ਾਮ ਨੂੰ। ਅਤੇ ਫਿਰ ਹੁਣ ਅੱਜ ਜਿਹੜੀ ਹੈਗੀ ਤੀ ਮਹਿੰਦੀ ਲੱਗਣੀ ਤੀ ਜੀ, ਕੱਲ੍ਹ ਦਾ ਦਿਨ ਜਿਹੜਾ ਹੈਗਾ ਵਿੱਚ ਹੈਗਾ ਆ। ਫਿਰ ਜਿਹੜਾ ਹੈਗਾ ਚਾਹ ਵੀ ਰਿੱਝਦੀ ਮੇਰੀ, ਘੱਟ ਕਰ ਦਿੰਦੀ ਹਾਂ ਮੈਂ ਗੈਸ ਥੋੜ੍ਹਾ ਜਿਹਾ, ਨਹੀਂ ਬਾਹਰ ਆ ਜੂਗੀ। ਅਤੇ ਨਹੀਂ ਫਿਰ ਜਿਹੜਾ ਹੈਗਾ ਜੀ ਕੱਲ੍ਹ ਦਾ ਦਿਨ ਵਿੱਚ ਦੀ ਹੈਗਾ ਆ ਆਪਣੇ ਕੋਲ, ਮੈਂ ਜਿਹੜੇ ਹੈਗੇ ਤੇ ਡਰੈੱਸਾਂ ਤਿਆਰ ਕਰਦੀ ਤੀ ਬੱਚਿਆਂ ਦੀਆਂ, ਅਤੇ ਗਿੱਧੇ ਦੀਆਂ ਡਰੈੱਸਾਂ ਆਈਆਂ ਹੋਈਆਂ ਨੇ ਆਪਣੇ ਕੋਲ, ਘੱਗਰੇ ਕਮੀਜ਼ਾਂ ਨਾਲ ਦੁਪੱਟੇ ਵਗੈਰਾ ਤਿਆਰ ਕਰਨੇ ਆ। ਅਤੇ ਫਿਰ ਹੈਗਾ ਪਰਸੋਂ ਨੂੰ ਆਪਣੇ ਕੋਲ ਜਿਹੜਾ ਹੈਗਾ ਬਰਾਈਡਲ ਮੇਕਅਪ ਵੀ ਹੈ ਜੀ, ਹੋ ਸਕਿਆ ਤੁਹਾਨੂੰ ਉਹਦੀ ਵੀ ਵੀਡੀਓ ਦਿਖਾਵਾਂਗੇ ਥੋੜ੍ਹੀ ਬਹੁਤੀ, ਹੈ ਨਾ, ਅਤੇ ਦਿਖਾਵਾਂਗੇ। ਅਤੇ ਬਾਕੀ ਚਲੋ ਜੀ ਹੁਣ ਮੈਂ ਚਾਹ ਦੇ ਦਾਂ ਉਹਨਾਂ ਨੂੰ, ਹੈ ਨਾ। ਫਿਰ ਆਪਾਂ ਤੁਹਾਨੂੰ ਮਹਿੰਦੀ ਵੀ ਦਿਖਾਉਣੇ ਆ, ਮਹਿੰਦੀ ਲੱਗ ਰਹੀ ਆ ਉੱਧਰ, ਮਹਿੰਦੀ ਵਾਲਾ ਭਾਈ ਮਹਿੰਦੀ ਲਾ ਰਹੇ ਆ, ਬਹੁਤ ਸੋਹਣੇ ਜਿਹੜੇ ਹੈਗੇ ਨੇ ਡਿਜ਼ਾਇਨ ਲਾਉਂਦੇ ਆ ਮੇਰੇ ਕੋਲ ਜਿਹੜਾ ਹੈਗਾ, ਇਹ ਪੱਕੇ ਹੀ ਆਉਂਦੇ ਆ ਬਹੁਤ, ਜਦੋਂ ਦਾ ਮੈਂ ਪਾਰਲਰ ਆਪਦਾ ਬਣਾਇਆ ਸੀਗਾ ਉੱਧਰ, ਅਤੇ ਉਦੋਂ ਦੇ, ਹੈ ਨਾ, ਇਹੀ ਆਉਂਦੇ ਨੇ, ਬਹੁਤ ਜ਼ਿਆਦਾ ਸੋਹਣੀ ਮਹਿੰਦੀ ਲਾਉਂਦੇ ਨੇ। ਦੋ ਤਿੰਨ ਜਾਣੇ ਨੇਗੇ ਜਿਹਨੂੰ, ਹੈ ਨਾ, ਜਿਹੜਾ ਮੇਨ ਹੈ ਉੱਥੇ ਉਹ ਵੀਰਾ, ਉਹ ਜਿਹਨੂੰ ਮਰਜ਼ੀ ਭੇਜ ਦਿੰਦਾ ਹੈਗਾ। ਰਾਜਸਥਾਨੀ ਜਿਹਨੇ ਬੜੀ ਜਿਹੜੀ ਹੈਗੀ ਆ ਜਲਦੀ ਮਹਿੰਦੀ ਲਾਉਂਦੇ ਆ, ਬਹੁਤ ਸੋਹਣੀ ਲਾਉਂਦੇ ਆ। ਅਤੇ ਆ ਜਾਓ ਮੈਂ ਤੁਹਾਨੂੰ ਦਿਖਾਉਣੀ ਆ, ਮੈਂ ਚਾਹ ਪਾ ਲਾ ਉਹਨਾਂ ਵਾਸਤੇ, ਫਿਰ ਮੈਂ ਦਿਖਾਉਣੀ ਆ ਤੁਹਾਨੂੰ। ਲਓ ਜੀ ਚਾਹ ਮੈਂ ਪਾ ਲਈ, ਹੁਣ ਆਪਾਂ ਲੈ ਕੇ ਚੱਲਦੇ ਹਾਂ। ਲਓ ਜੀ ਦੇਖੋ ਮਹਿੰਦੀ ਲੱਗ ਰਹੀ ਹੈ, ਇੱਕ ਹੱਥ 'ਤੇ ਲੱਗ ਗਈ ਜਿਹੜੀ ਹੈਗੀ, ਹੈ ਨਾ। ਮੈਂ ਕਿਹਾ ਠੰਡ ਹੈ ਵੀ ਚਾਹ ਪੀ ਲਓ ਪਹਿਲਾਂ। ਦੇਖੋ ਆਪਣਾ ਸੈਲੂਨ ਜਿਵੇਂ ਸਾਰਿਆਂ ਨੇ ਦੇਖਿਆ ਹੀ ਹੋਇਆ, ਹੈ ਨਾ। ਅਤੇ ਮੈਂ ਕਿਹਾ ਪਹਿਲਾਂ ਚਾਹ ਪੀ ਲਓ, ਚੱਲ ਫਿਰ ਲਾ ਲਿਓ। ਕਿ ਇਹਨਾਂ ਦਾ ਹੱਥ ਜਿਹੜਾ ਹੈਗਾ ਬਹੁਤ ਜ਼ਿਆਦਾ ਤੇਜ਼ ਹੈ, ਬਹੁਤ ਜਲਦੀ ਲਾ ਦਿੰਦੇ ਆ ਮਹਿੰਦੀ ਤਾਂ। ਅਤੇ ਜਿਹੜੇ ਹੈਗੇ ਨੇ ਡਿਜ਼ਾਇਨਿੰਗ ਬੜੇ ਸੋਹਣੇ ਪਾਉਂਦੇ ਆ, ਵੀ ਜਿੱਦਾਂ ਦਾ ਆਪਾਂ ਡਿਜ਼ਾਇਨ ਦਿਖਾ ਦਈਏ ਉਹ ਵੀ ਪਾ ਦਿੰਦੇ ਆ। ਇਹਨਾਂ ਕੋਲ ਵੀ ਹੁੰਦੇ ਆ ਡਿਜ਼ਾਇਨ, ਹੈ ਨਾ, ਜੇ ਆਪਾਂ ਕੋਈ ਡਿਜ਼ਾਇਨ ਦਿਖਾਉਣਾ ਵੀ ਇੱਦਾਂ ਬਣਵਾਉਣਾ ਉਹ ਵੀ ਬਣਾਉਂਦੇ ਆ ਸਾਰੇ ਡਿਜ਼ਾਇਨ, ਕਿਉਂਕਿ ਉਹਦੇ ਉਹ ਜਿਹੇ ਹਿਸਾਬ ਨਾਲ ਜਿਹੜੇ ਚਾਰਜਿਸ ਹੈਗੇ ਆ, ਹੈ ਨਾ, ਰੇਟ ਫਿਰ ਉਹ ਹਿਸਾਬ ਨਾਲ ਹੀ ਹੈ। ਅਤੇ ਬਾਕੀ ਜਿਹੜਾ ਹੈਗਾ ਜੀ ਆਮ ਜਦੋਂ ਕੋਈ ਮਹਿੰਦੀ ਲਗਵਾਉਂਦਾ, ਹੈ ਨਾ, ਅਤੇ ਫਿਰ ਤਾਂ ਇਹ ਆਪਦੀ ਮਰਜ਼ੀ ਨਾਲ ਹੀ ਲੈਂਦੇ ਨੇ। ਜਿਹੜਾ ਸਾਡੇ ਨਾਲ ਇਹਨਾਂ ਦਾ ਕਰਿਆ ਹੋਇਆ ਰੇਟ, ਚਲੋ ਘੱਟ ਹੀ ਕਰਿਆ ਹੋਇਆ, ਹੈ ਨਾ, ਜਦੋਂ ਇਹ ਬਾਹਰ ਕਿਸੇ ਨਾਲ ਕਰਦੇ ਨੇ ਉਹ ਤਾਂ ਬਹੁਤ ਜ਼ਿਆਦਾ ਇਹਨਾਂ ਦੇ ਰੇਟ ਹਾਈ ਨੇ। ਮੇਰੇ ਨਾਲ ਇਹ ਜਿਹੜਾ ਹੈਗਾ 8-10 ਸਾਲ ਤੋਂ ਜੁੜੇ ਹੋਏ ਨੇਗੇ, ਕਦੇ ਨਹੀਂ ਐਵੇਂ ਕਰਿਆ। ਆਪਾਂ ਕਹਿ ਦਿੰਦੇ ਹਾਂ ਚਲੋ ਅਗਲੇ ਦਾ ਧੀ ਵਾਲਿਆਂ ਦਾ ਫਾਇਦਾ ਹੋਣਾ ਚਾਹੀਦਾ, ਹੈ ਨਾ। ਅਤੇ ਬਾਕੀ ਹੁਣ ਤਾਂ ਜਦੋਂ ਦਾ, ਹੈ ਨਾ, ਸਾਡਾ ਵਧੀਆ ਕੰਮ ਚੱਲ ਪਿਆ ਪਰਮਾਤਮਾ ਦੀ ਕਿਰਪਾ ਨਾਲ, ਹੈ ਨਾ, ਬਹੁਤ ਮਹਿੰਦੀ ਵਾਲੇ ਆਏ ਨੇ, ਕਾਰਡ ਦੇ ਕੇ ਗਏ ਨੇ ਆਪਣੀ ਦੁਕਾਨ ਦੇ ਉੱਤੇ ਵੀ ਸਾਨੂੰ ਬੁਲਾਇਆ ਕਰੋ, ਸਾਨੂੰ ਬੁਲਾਇਆ ਕਰੋ। ਅਤੇ ਨਹੀਂ ਜੀ ਆਪਾਂ, ਹੈ ਨਾ, ਜਦੋਂ ਆਪਣੇ ਨਾਲੇ ਸ਼ੁਰੂ ਤੋਂ ਜੁੜੇ ਹੋਏ ਨੇ, ਆਪਣੀ ਮੇਰੀ ਆਦਤ ਹੈ ਪਹਿਲਾਂ ਤੋਂ, ਹੈ ਨਾ, ਵੀ ਚਾਹੇ ਪਰਮਾਤਮਾ ਆਪਾਂ ਨੂੰ ਕਿੰਨਾ ਮਰਜ਼ੀ ਉਹ ਕਰਦੇ, ਗੁਣ ਦੇਵੇ ਜਾਂ, ਹੈ ਨਾ, ਪਰਮਾਤਮਾ ਹੀ ਹੈ ਕਰਨ ਵਾਲਾ, ਉੱਪਰ ਥੱਲੇ ਕਰਨ ਵਾਲਾ ਪਰਮਾਤਮਾ ਹੀ ਆ, ਹੈ ਨਾ, ਵੀ ਛੱਡੋ ਨਾ ਕਿਸੇ ਨੂੰ ਵੀ।
ਤੇ ਜਿਹੜੇ ਹੈਗੇ ਨੇ ਇਹ ਸ਼ੁਰੂ ਤੋਂ ਜੁੜੇ ਹੋਏ ਨੇ ਮੇਰੇ ਨਾਲ, ਮੈਂ ਇਹਨਾਂ ਨੂੰ ਕਦੇ ਨਹੀਂ ਛੱਡਿਆ ਹੈਗਾ ਮੇਰੇ। ਮੈਂ ਚਾਹੇ ਐਟ ਏ ਟਾਈਮ ਫੋਨ ਕਰਦਾ, ਇਹਨਾਂ ਨੇ ਮਹਿੰਦੀ ਲਾਉਣ ਆਉਣਾ ਹੀ ਆਉਣਾ ਹੈ। ਆਹ ਵੀ ਜਿਹੜਾ ਹੈਗਾ ਮੈਂ ਇੱਕ ਦਿਨ ਪਹਿਲਾਂ ਇਹਨਾਂ ਨੂੰ ਫੋਨ ਕਰਿਆ ਸੀਗਾ, ਨਹੀਂ ਹੁਣ ਸੀਜ਼ਨ ਦਾ ਟਾਈਮ ਹੈ ਜੀ, ਇਹ ਆਮ ਬੁਕਿੰਗ ਲੈਂਦੇ ਨਹੀਂ ਹੈਗੇ ਟਾਈਮ 'ਤੇ, ਅਤੇ ਮੈਂ ਕਿਹਾ ਚਲੋ ਜਿਵੇਂ ਮਰਜ਼ੀ ਸੈੱਟ ਕਰੋ। ਚਲੋ ਫਿਰ ਤਾਂ ਕਰਕੇ ਆਪਾਂ ਨੇ ਜਿਹੜਾ ਹੈਗਾ ਇਹ ਸਵੇਰੇ ਸਵੇਰੇ ਬੁਲਾਏ ਨੇ, ਦਿਨ ਦੇ ਵਿੱਚ ਇਹਨਾਂ ਕੋਲ ਬਹੁਤ ਜ਼ਿਆਦਾ ਬੁਕਿੰਗਾਂ ਆਤੀਆਂ, ਅਤੇ ਮੈਂ ਕਿਹਾ ਚਲੋ ਜਲਦੀ ਲਾ ਜਾਓ ਵੀ ਸਾਨੂੰ ਕੋਈ ਉਹ ਨਹੀਂ ਹੈਗਾ। ਫਿਰ ਜਿਹੜਾ ਮੈਂ ਅੱਜ ਕੰਮ ਕਰਨਾ ਸੀਗਾ ਇਹਦਾ ਕੁੜੀ ਦਾ ਫੇਸ਼ੀਅਲ ਵਗੈਰਾ ਵੈਕਸਿੰਗ, ਉਹ ਮੈਂ ਰਾਤ ਕਰੀ। ਫਿਰ ਇੰਨਾ ਕੁ ਚਲੋ ਹੈ ਨਾ, ਮੈਂ ਕਿਹਾ ਚਲੋ ਵੀ ਮਹਿੰਦੀ ਲੱਗ ਜੂਗੀ ਦਿਨ 'ਚ। ਫਿਰ ਇਹ ਕਹਿੰਦੇ ਵੀ ਦੀਦੀ ਸਾਡੇ ਕੋਲ ਬਹੁਤ ਜ਼ਿਆਦਾ ਬੁਕਿੰਗਾਂ ਨੇ। ਪਹਿਲਾਂ ਜਦੋਂ ਮੈਂ ਕੋਰਸ ਕਰਦੀ ਤੀ ਜੀ, ਉਦੋਂ ਜਿਹੜਾ ਹੈਗਾ ਮੈਂ ਅਤੇ ਮੇਰੀ ਫਰੈਂਡ ਸੋਨੂੰ, ਜਿਨ੍ਹਾਂ ਦੇ ਮੈਂ ਪਹਿਲਾਂ ਵੀ ਬਲੌਗ ਪਾਏ ਆ, ਜਾ ਕੇ ਆਈ ਹਾਂ, ਅਤੇ ਅਸੀਂ ਮਹਿੰਦੀ ਲਾਉਂਦੇ ਹੁੰਦੇ ਅਤੇ ਸਾਰੀਆਂ ਜਿੰਨੀਆਂ ਬ੍ਰਾਈਡਲ ਮਹਿੰਦੀਆਂ ਤੀਆਂ ਮੈਂ ਅਤੇ ਸੋਨੂੰ ਹੀ ਲਾਉਂਦੇ ਹੁੰਦੇ, ਅਤੇ ਅਸੀਂ 15 ਕੁੜੀਆਂ ਤੀਆਂ ਜਿਹੜੀਆਂ ਉੱਥੇ ਕੰਮ ਸਿੱਖਦੀਆਂ ਤੀਆਂ, ਕੋਰਸ ਕਰਦੀਆਂ ਤੀਆਂ। ਸਾਡੀ ਮਹਿੰਦੀ ਜਿਹੜੀ ਹੈਗੀ ਬਹੁਤ ਜ਼ਿਆਦਾ ਸੋਹਣੀ, ਅਤੇ ਸਾਡੇ ਜਿਹੜੇ ਹੈੱਡ ਆਂਟੀ ਅਤੇ ਆਂਟੀ ਅੰਕਲ ਉਹ ਕਹਿ ਦਿੰਦੇ ਤੇ ਵੀ ਬ੍ਰਾਈਡਲ ਮਹਿੰਦੀ ਸਾਰੀ ਤੁਸੀਂ ਲਾਉਣੀ ਹੈ। ਬਸ ਹੁਣ ਤਾਂ ਆਪ ਨੂੰ ਵੀ ਆਦਤ ਜੀ ਪੈ ਗਈ, ਔਖਾ ਜਿਹਾ ਲੱਗਦਾ ਇਹਨਾਂ ਤੋਂ ਜਦੋਂ ਦੇ ਇਹਨਾਂ ਨਾਲ ਜੁੜੇ ਆ। ਕੁਛ ਇਹ ਬਹੁਤ ਜਲਦੀ ਲਾਉਂਦੇ ਨੇ ਜੀ, ਇਹਨਾਂ ਦਾ ਰੋਜ਼ ਦਾ ਜਿਹੜਾ ਹੈਗਾ ਕੰਮ ਹੈ। ਬਾਕੀ ਜਿਹੜਾ ਹੈਗਾ ਜੀ ਦੁਕਾਨ 'ਤੇ ਮੈਨੂੰ ਤਾਂ ਹੋਰ ਬਹੁਤ ਜ਼ਿਆਦਾ ਕੰਮ ਰਹਿੰਦਾ ਆ, ਹੈ ਨਾ। ਚੱਲ ਵਿੱਚ ਦੀ ਇਹ ਆਪੀ ਮਹਿੰਦੀ ਲਾ ਜਾਂਦੇ ਆ, ਮਹਿੰਦੀ ਨੂੰ ਜਿਹੜਾ ਹੈਗਾ ਅਸੀਂ ਜ਼ਿਆਦਾ ਟਾਈਮ ਲਾ ਦਿੰਦੇ ਹਾਂ, ਇਹ ਸੇਤੀ ਲਾ ਦਿੰਦੇ ਨੇ। ਸਾਰੀ ਜਿਹੜੀ ਹੈਗੀ ਡੇਢ ਕੁ ਘੰਟੇ ਦੇ ਵਿੱਚ ਮਹਿੰਦੀ ਲਾਤੀ ਇਹਨੇ, ਪੈਰਾਂ 'ਤੇ ਵੀ ਲਾਤੀ, ਹੱਥਾਂ 'ਤੇ ਵੀ ਲਾਤੀ, ਜਿਹੜੀ ਹੈਗੀ ਬਹੁਤ ਜ਼ਿਆਦਾ ਸੋਹਣੀ ਮਹਿੰਦੀ ਲਾਈ ਹੈ। ਬਸ ਇਹਨਾਂ ਨੇ ਜ਼ਿਆਦਾ ਲਗਵਾਉਣੀ ਵੀ ਨਹੀਂ ਸੀਗੀ, ਬਾਕੀ ਜਿਹੋ ਜਿਹਾ ਅਗਲਾ ਕਹਿੰਦਾ ਡਿਜ਼ਾਇਨ ਉਹੋ ਜਿਹੀ ਲਾ ਦਿੰਦੇ ਆ, ਹੈ ਨਾ। ਇਹ ਕਹਿੰਦੇ ਅਸੀਂ ਜ਼ਿਆਦਾ ਨਹੀਂ ਲਗਵਾਉਣੀ ਹੈਗੀ, ਵੀ ਬਸ ਇੰਨੀ ਕੀ ਲਗਵਾਉਣੀ ਹੈ ਥੋੜ੍ਹੀ ਜੀ। ਚਲੋ ਜੀ, ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਜੀ। ਜੇ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ। ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੈ ਜਵਾਨ ਜੈ ਕਿਸਾਨ, ਸਦਾ ਖੁਸ਼ ਰਹੋ ਜੀ।